हमको हम लोग खाना खा के चला गया सोने के लिए ऊपर। हमारे भाई भी खाना खा के वहाँ पर, जिसका मौत हुआ है बुधा नाम है उसका, यहाँ पर सो गया। उधर से आया सरदार, आया कोई लुटेरे था गोपी गुरप्रीत सिंह सरदार आया। वो बोला पैसा दो हमारे, हम बोले उसको जो सवेरे पैसा मिल जाएगा भाई, अभी जा, अभी चले जा। हमारे भाई भी बोला जे जा अभी, सवेरे पैसा तेरे घर पहुंच जाएगा। उतरे में डांग मार दिया, डांग मार के अदब अदब चला गया। अच्छा, के मौत हो गया? मौत हो गया आपके भाई की? तुरंत मौत हो गई? हाँ तुरंत मौत। उसके बाद क्या हुआ? उसके बाद सरदार ने फोन किया, सरदार आया ले गया हॉस्पिटल, हॉस्पिटल में भी है वहाँ पर, उसका कार्रवाई नहीं हो रहा है। आपको कैसा इंसाफ चाहिए? हमको तो इंसाफ चाहिए। जितना जो उसका बाल बचा है, चार बच्चे है उसका, शादी हुआ है उसका, उसको सख्त सजा होना चाहिए। कितने बच्चे उसके? चार बच्चे है, चार बच्चे है, पांच बच्चे है, पांच बच्चे, पांच बच्चे है। क्या नाम क्या है उसका? बुधन माथो। बुधन माथो कहाँ की रहने वाले? बिहार को, बिहार सहरसा जिला। ओ रहा तो भाई जी भी अपनी, मेरे चाचा जी दे काम करता सीगा चार साल तो, ਬਹੁਤ ਇਮਾਨਦਾਰ ਬੰਦਾ ਸੀਗਾ। ਤੇ ਉਹਦੇ ਨਾਲ ਦੇ ਕੋਈ ਸਾਥੀ ਨਾਲ ਲੈਣ ਦੇਣ ਸੀ, ਸਾਡੇ ਪਿੰਡ ਦਾ ਹੀ ਇੱਕ ਹੈਗਾ ਜ਼ਿਮੀਂਦਾਰਾਂ ਦਾ ਮੁੰਡਾ, ਗੋਪੀ ਗੋਪੀ ਕਹਿੰਦੇ ਆ। ਤੇ ਇਸ ਕਰਕੇ ਵੀ ਉਹਦਾ ਕੋਈ ਲੈਣ ਦੇਣ ਸੀ ਕੋਈ 3500 ਰੁਪਈਏ ਦਾ, ਉਹ ਨਾਲ ਦੇ ਸਾਥੀ ਤੋਂ ਲੈਣੇ ਸੀਗੇ। ਉਹ ਸਾਥੀ ਉੱਪਰ ਕੋਠੇ ਦੇ ਉੱਪਰ ਪਏ ਸੀ ਮੋਟਰ ਤੇ, ਤੇ ਇਹ ਆਪਣਾ ਜਿਹੜਾ ਬੰਦਾ ਸ਼ਾਮ ਨੂੰ 8 ਵਜੇ ਰੋਟੀ ਲੈ ਕੇ ਘਰੋਂ ਗਿਆ, ਤੇ ਆਪਸ ਮੇਂ ਉਹਨਾਂ ਦੀ ਐਤਵਾਜ਼ੀ ਹੁੰਦੀ ਆ, ਤੇ ਆਪਣਾ ਬੰਦਾ ਵਿੱਚ ਸਾਨੂੰ 'ਚ ਪੈ ਕੇ ਕਹਿੰਦਾ ਵੀ ਬਾਈ ਜਿਹੜਾ ਨਵੇੜਾ ਆਪਾਂ ਸਵੇਰੇ ਕਰ ਲਾਂਗੇ, ਲੈਣ ਦੇਣ ਦਾ ਕੋਈ ਸੁਬਾਹ ਕਰ ਲਾਂਗੇ। ਤੇ ਉਹ ਇਹਨੇ ਜੀ ਬੰਦੇ ਦਾ ਰੱਬ ਜਾਣੇ ਕੀ ਖਾਧਾ ਕੀ ਪੀਤਾ, ਉਹਨੇ ਉਹਦੇ ਆਪਣੇ ਬੰਦੇ ਦੇ ਸਿਰ 'ਚ ਸੋਟੀ ਮਾਰਤੀ। ਉਹ ਜ਼ਖਮੀ ਹਾਲਤ ਜਦੋਂ ਸਾਨੂੰ ਫੋਨ ਪਤਾ ਲੱਗਾ 1.5 ਘੰਟੇ ਬਾਅਦ, ਅਸੀਂ ਦਬਦਬਾ ਚੱਕ ਕੇ ਉਹਨੂੰ ਸਰਕਾਰੀ ਹੋਸਪਿਟਲ 'ਚ ਲੈ ਗਏ। ਉੱਥੇ ਉਹਨਾਂ ਨੇ ਬਾਈ ਜੀ ਉਹਨੂੰ ਡੈੱਡ ਬੋਡੀ ਘੋਸ਼ਿਤ ਕਰਤਾ ਡਾਕਟਰਾਂ ਨੇ, ਉਹ ਕਹਿੰਦੇ ਵੀ ਇਹ ਤਾਂ ਡੈੱਥ ਹੋ ਗਈ ਇਸ ਬੰਦੇ ਦੀ। ਤੇ ਉਦੋਂ ਬਾਅਦ ਜਿਹੜਾ ਵੀ ਅਸੀਂ ਪ੍ਰਸ਼ਾਸਨ ਨੂੰ ਸਲਾਹ ਦਿੱਤੀ, ਤੇ ਪ੍ਰਸ਼ਾਸਨ ਨੇ ਮੌਕੇ ਤੇ ਆ ਕੇ ਸਾਡੀ ਗੱਲ ਸੁਣੀ ਆ, ਪਰਚਾ ਉਸ ਬੰਦੇ ਤੇ ਕੱਟਿਆ ਗਿਆ, ਪਰ ਬੰਦਾ ਹਜੇ ਉਹ ਫਰਾਰ ਆ। ਕਰੋ ਮਾਰਨ ਵਾਲਾ ਕੌਣ ਸੀ? ਮਾਰਨ ਵਾਲਾ ਗੁਰਪ੍ਰੀਤ ਸਿੰਘ ਗੋਪੀ ਆ ਜੀ, ਖੇਤਾਂ ਦੇ ਵਿੱਚ ਆ, ਜੀ ਟੀ ਰੋਡ ਦੇ ਉੱਤੇ ਆ, ਲਾਲਾ ਲਾਜਪਤ ਰਾਏ ਕਾਲਜ ਦੇ ਕੋਲ ਕਰ ਰਹੇ। ਪਰ ਪੇਸ਼ੇ ਵਜੋਂ ਕੀ ਕੰਮ ਕੀਤਾ ਉਹਦਾ? ਉਹ ਖੇਤੀਬਾੜੀ ਕਰਦੇ ਆ ਜੀ। ਅੱਛਾ ਜੀ, ਉਹਨੇ ਪੈਸੇ ਲੈਣੇ ਸੀ? ਪੈਸਿਆਂ ਨਾਲ ਕੋਈ ਲੈਣ ਦੇਣ ਉਹਦਾ ਕੋਈ ਸਾਥੀ ਨਾਲ ਸੀ ਨਾਲ ਦੇਣਾ? ਅੱਛਾ ਜੀ। ਉਹ ਆਪਣੇ ਬੰਦੇ ਨਾਲ ਕੋਈ ਵੀ ਨਹੀਂ ਸੀਗਾ, ਆਪਣੀ ਤਾਂ ਮੋਟਰ ਤੇ ਚੱਲ ਕੇ ਆਇਆ, ਗੱਡੀ ਲੈ ਕੇ ਆਇਆ, ਕਿਉਂਕਿ ਆਪਣਾ ਸਾਨੂੰ ਤਾਂ ਪਤਾ ਵੀ ਨਹੀਂ, ਅਸੀਂ ਤਾਂ ਘਰੇ ਪਏ ਆ ਰਾਤ ਨੂੰ। ਉਹਦਾ ਰਾਤ ਦੀ 9 ਵਜੇ 9:30 ਵਜੇ ਦੀ ਵਾਰਦਾਤ ਹੈ, ਸਾਨੂੰ 9:30 ਵਜੇ ਪਤਾ ਲੱਗਦਾ, ਅਸੀਂ ਦਵਾ ਚੱਕ ਕੇ ਹੋਸਪਿਟਲ ਲੈ ਜਾਂਦੇ ਇਹਨਾਂ ਦੇ। ਤੁਹਾਡੇ ਕੋਲ ਕਿੰਨਾ ਚਿਰ ਹੋ ਗਿਆ ਇਸ ਬੰਦੇ ਨੂੰ? ਸਾਡੇ ਕੋਲ 4 ਸਾਲ ਹੋ ਗਏ ਬਈ। ਸਾਡੇ ਪਿੰਡ 'ਚ ਉਹਨੂੰ ਪਹਿਲਾਂ ਇੱਕ ਜ਼ਿਮੀਂਦਾਰ ਪਰਿਵਾਰ ਦੇ ਸੀ, ਉਹ ਖੇਤੀ ਛੱਡ ਕੇ 22 ਸਾਲ ਉਹ ਇੱਕ ਪਰਿਵਾਰ ਨੇ ਲਾ ਗਿਆ। ਹਾਂਜੀ, ਵਿਆਹਿਆ, 5 ਜਵਾਕ ਆ, 3 ਗੁੱਡੀਆਂ ਉਹਦੀਆਂ ਤੇ 2 ਉਹਦੇ ਬੇਟੇ ਆ। ਕਿੱਥੋਂ ਦਾ ਰਹਿਣ ਵਾਲਾ? ਇਹ ਬਿਹਾਰ ਦਾ ਜੀ, ਸਹਰਸਾ ਜ਼ਿਲ੍ਹੇ ਦਾ। ਨਾ ਜੀ, ਹਜੇ ਉਹਨਾਂ ਨੂੰ ਤਲਾਹ ਕੀਤੀ ਵੀ ਆ, ਉਹ ਸਾਡਾ ਕਿਉਂਕਿ ਟ੍ਰੇਨਾਂ ਤੇ ਆਉਣ ਤੇ ਟਾਈਮ ਲੱਗ ਜਾਂਦਾ, ਕੱਲ ਨੂੰ ਆ ਜਾਣਾ, ਪਰਸੋਂ ਆ ਜਾਣਾ, ਉਹ ਸਾਡਾ ਸ਼ਾਮ ਨੂੰ ਆ ਜਾਣਾ। ਜਿਹੜੇ ਦੇ ਨਾਲ ਦੇ ਬੰਦੇ ਸੀ ਉੱਪਰ ਪਏ ਤੇ ਉਹਨਾਂ ਨੇ ਰੋਕਿਆ ਨਹੀਂ ਮੌਕੇ ਤੇ? ਉਹਦੇ ਕੋਲੇ ਇੰਨਾ ਉਹਨਾਂ ਨੂੰ ਮੌਕਾ ਨਹੀਂ ਦਿੱਤਾ, ਜਦੋਂ ਉਹਨੂੰ ਉਹ ਉਤਰ ਕੇ ਆਉਂਦੇ ਆ ਉਦੋਂ ਉਹ ਗੱਡੀ ਲੈ ਕੇ ਫਰਾਰ ਹੋ ਜਾਂਦਾ ਉੱਥੋਂ। ਪਹਿਲਾਂ ਜੀਪ ਸਟਾਰ ਸੀਗੀ ਉਹਦੀ, ਉਹ ਉਦੋਂ ਨਾਲ ਦੀ ਨਾਲ ਫਰਾਰ ਹੋ ਜਾਂਦਾ। ਫਿਰ ਜੋ ਸਾਥੀਆਂ 7 ਵਜੀ ਸੀ। ਮਰਨ ਵਾਲੇ ਦਾ ਕੀ ਨਾਂ ਜੀ? ਇਹਦਾ ਨਾਂ ਹੈਗਾ ਬੁੱਧਨੀ, ਕਹਿੰਦੇ ਜੀ ਇਹਨੂੰ, ਪੱਕਾ ਨਾਂ ਬੁੱਧਨੀ ਆ, ਉਹ ਨਿੱਕੂ ਨਿੱਕੂ ਕਹਿੰਦੇ ਸੀ। ਇਹਦਾ ਨਾਂ ਜੀ ਹੈਗਾ ਚੰਤੂ ਰਾਮ, ਵਾਸੀ ਬਿਹਾਰ ਦਾ ਵਾ, ਉਮਰ ਹੈਗੀ 40-45 ਸਾਲ।
ਮਾਮਲੇ ਦੇ ਪੈਸਿਆਂ ਦਾ ਲੈਣ ਦੇਣ ਸੀਗਾ, ਗੁਰਪ੍ਰੀਤ ਸਿੰਘ ਨੇ ਲੈਣੇ ਸੀਗੇ ਪੈਸੇ ਵਗੈਰਾ। ਰਾਤ ਆਇਆ ਕਿਤੇ ਦੇਰ ਰਾਤ 9:30 ਵਜੇ ਪੈਸੇ ਪੂਸੇ ਦੀ ਮੰਗ ਕਰਦਾ ਉਸ ਸਮੇਂ ਤੂੰ ਤੂੰ ਮੈਂ ਕਿ ਉਹਨੇ ਉਹਦੇ ਸਿਰ ਉੱਪਰ ਸੱਟ ਸੁੱਟ ਮਾਰਤੀ ਅਤੇ ਉਹਦੇ ਨਾਲ ਹੀ ਉਹਦੀ ਮਤਲਬ ਕਿ ਥੋੜ੍ਹੇ ਸਾਹ ਚੱਲਦੇ ਹੋਣਗੇ, ਮੁੜ ਕੇ ਚੱਕ ਕੇ ਲੈ ਗਏ ਅਤੇ ਰਾਹ ਜਾਂਦੇ ਡੈਥ ਹੋ ਗਈ ਉਹਦੀ ਮੋਗਾ ਹਸਪਤਾਲ। ਫਰਦਰ ਕੀ ਕਾਰਵਾਈ ਕੀਤੀ ਜਾ ਰਹੀ? ਫਰਦਰ ਐਫ ਆਈ ਆਰ ਦਰਜ ਕਰਤੀ ਗਈ ਆ, ਸਿੱਧੀ ਨੂੰ ਅਰੈਸਟ ਕਰ ਲਿਆ ਜਾਊਗਾ। ਰੁਪਈਏ ਫੜੇ ਤਾਂ ਨਹੀਂ ਗਏ? ਨਹੀਂ ਹਜੇ ਨਹੀਂ ਫੜਿਆ ਨਹੀਂ।